ਸਸੀਗਾਲ ਜੀ ਸਾਰਿਆਂ ਨੂੰ ਹੋਪ ਕਰਦਾ ਸਾਰੇ ਕੈਂਡ ਹੋਗੇ ਮੈਂ ਬਿਲ ਕੈਂਡ ਤੁਸੀਂ ਸਾਰੇ ਕਮੈਂਟ ਕਰ ਰਹੇ ਯਾਰ ਕਾਇਡ ਵਲੌਗ ਦੇ ਵਿੱਚ ਨਾ ਦੂਸਰੇ ਵਲੌਗ ਵੀ ਪਾਇਆ ਕਰੋ ਅੱਜ ਆਪਾਂ ਵਲੌਗ ਲੈ ਕੇ ਆ ਚੁੱਕੇ ਮੇਰੇ ਸਪਲੈਂਡਰ ਦੇ ਨਾ ਹੋਰਨ ਪੂਰੇ ਖਰਾਬ ਹੋ ਚੁੱਕੇ ਆ ਹੁਣ ਮੈਂ ਇੱਕ ਯੂਨੀਕ ਜਿਹੇ ਟਾਈਪ ਦੇ ਹੋਰਨ ਲਵਾਉਣ ਚੱਲਾ ਵਾਂ ਤੇ ਨਾਲੇ ਇੱਕ ਆਪਾਂ ਲਾਈਟ ਵੀ ਸੈੱਟ ਕਰਾਉਣੀ ਆ ਬੜੀ ਘੈਂਟ ਲਾਈਟ ਆ ਹਾਂਜੀ ਫਿਰ ਕਿੱਥੇ ਹੋਰਨ ਤੇ ਲਾਈਟ ਲਓ ਜੀ ਇਹਨੂੰ ਕਹਿੰਦੇ ਉੱਲੂ ਤੇ ਇਹ ਕਿੰਨੇ ਕਦਾ ਆ ਜਾਂਦਾ ਵੈਸੇ ਪਰ ਆਪਾਂ ਨੂੰ ਤੇ ਯਾਰ ਸਿੱਧਾ ਦੱਸਾਂ ਫ੍ਰੀ ਮਿਲਿਆ ਜੇ ਇਹ ਉੱਲੂ ਵੀ ਤੇ ਇਹ ਹੋਰਨ ਵੀ ਗਿਫਟ ਹੈ ਜਿਹੜੇ ਇਹਲੇ ਹੋਰਨ ਹੈਗੇ ਨਾ ਇਹ ਸਿੰਪਲ ਹੋਰਨ ਨਹੀਂ ਹੈਗੇ ਵੱਖਰੀਆਂ ਵੱਖਰੀਆਂ ਆਵਾਜ਼ਾਂ ਕੱਢਦੇ ਮੈਨੂੰ ਵੀ ਨਹੀਂ ਪਤਾ ਕਿਹੜੀਆਂ ਆਵਾਜ਼ਾਂ ਕੱਢਦੇ ਆ ਇਹ ਡੱਬੀ ਨਾ ਇਹ ਡੱਬੀ ਸੈੱਟ ਹੋ ਜਾਂਦੀ ਆ ਹੁਣ ਆਪਾਂ ਆਲੇ ਹੋਰਨ ਲਵਾਉਣ ਚੱਲੇ ਆ ਵੇਖਦੇ ਕਿਹੜੀਆਂ ਕਿਹੜੀਆਂ ਆਵਾਜ਼ਾਂ ਕੱਢਦੇ ਵੱਖਰੇ ਜੇ ਟਾਈਪ ਦੇ ਆ ਦੇਖੋ ਯਾਰ ਹੋਰ ਹੀ ਤਰ੍ਹਾਂ ਦੇ ਇਹੋ ਜਿਹੇ ਹੋਰਨ ਮੈਂ ਪਹਿਲੇ ਹੀ ਵੇਖੇ ਆ ਇੱਕ ਆ ਵਾ ਵੈਸੇ ਵੀ ਮੇਰੇ ਪੁਰਾਣੇ ਖਰਾਬ ਹੋ ਗਏ ਨਾਲ ਡੱਬੀ ਵਾਜਦੇ ਪਰ ਘੱਟ ਵਾਜਦੇ ਆ ਇਹ ਨਹੀਂ ਓਲੇ ਇਹਦੇ ਨਵੇਂ ਆ ਮੁੰਡੇ ਨਵੇਂ ਲਵਾਏ ਉਹਦੇ ਘਰ ਜਾਵੇ ਕਿਦੋਂ ਉਹਦੇ ਘਰ ਦੇ ਗਏ ਕਿਤੇ ਤੇ ਨਾ ਗਿਫਟ ਕਰਤੇ ਮੈਨੂੰ ਅੱਛਾ ਆ ਵੀ ਉਹਨੇ ਸਾਨੂੰ ਗਿਫਟ ਦਿੱਤਾ ਵਾ ਜਿਹੜੇ ਉਹ ਹੋਰਨ ਉਹ ਵੀ ਗਿਫਟ ਆਪਾਂ ਨੂੰ ਮਿਲੇ ਆ ਅੱਜ ਕਾਈਟ ਫਾਈਟ ਦਾ ਮਾਹੌਲ ਵੀ ਨਹੀਂਗਾ ਕਿਉਂਕਿ ਦੇਖੋ ਯਾਰ ਹਵਾ ਹੋਣਾ ਨਹੀਂ ਚੱਲਣ ਦੀ ਇਸ ਕਰਕੇ ਗੁੱਡੀ ਡੋ ਅੱਜ ਨਹੀਂ ਉੱਡਣੀ ਨਾ ਹਨਾ ਨਾਲੇ ਕੀ ਇੱਕ ਅੱਧੀ ਗੁੱਡੀ ਵੀ ਨਹੀਂ ਵਿਖਾਂਦੀ ਹੁਣ ਇਹ ਨਾ ਆਪਾਂ ਗਏ ਸੀ ਕਿਤੇ ਕੰਮ ਤੇ ਆਉਂਦੇ ਆਉਂਦੇ ਨਾ ਮੈਨੂੰ ਆ ਚਦਰਾਂ ਜੀਆਂ ਵਿਖੀਆਂ ਦੋ ਤੇ ਮੈਂ ਘਰ ਰਸਤੇ ਲੈ ਆਂਦੀਆਂ ਆ ਕਲਰ ਤੇ ਘਰਦਿਆਂ ਨੂੰ ਬੜਾ ਪਸੰਦ ਆਇਆ ਪਰ ਘਰਦੇ ਕਹਿੰਦੇ ਆ ਕਲਰ ਨਹੀਂ ਸਹੀ ਹੁਣ ਵਟਾ ਕੇ ਆਪਾਂ ਦੂਸਰਾ ਕਲਰ ਲੈ ਕੇ ਆਉਂਦੇ ਇੱਧਰ ਆਪਣਾ ਲੱਗਾ ਹੋਇਆ ਜੀ ਮੇਰੇ ਵੀਰੋ ਸਪਲੈਂਡਰ ਜਿਹੜੇ ਮੇਰੇ ਪਹਿਲੇ ਹੋਰਨ ਨਾ ਇਹ ਆ ਇਹ ਉਦੋਂ ਮੈਂ 200 ਰੁਪਏ ਦੇ ਲਵਾਏ ਸੀ ਬੜੇ ਘੱਟ ਚੱਲਦੇ ਯਾਰ ਆਵਾਜ਼ ਹੀ ਨਹੀਂਗੀ ਇਹਦੀ ਬੈਟਰੀ ਹੀ ਛੋਟੀ ਸਾਡੇ ਨਾਲ ਪੋਪੜ ਇਹ ਹੋ ਗਿਆ ਕਿ ਹੁਣ ਇਹ ਘਰਦੇ ਆ ਘਰਦੇ ਕਹਿੰਦੇ ਸਪਲੈਂਡਰ ਲੈ ਕੇ ਜਾਣਾ ਵਾ ਇਸ ਕਰਕੇ ਉਹਨਾਂ ਨੂੰ ਆਪਾਂ ਸਪਲੈਂਡਰ ਦੇਤਾ ਹੁਣ ਆਪਾਂ ਐਕਟਿਵ ਵਾਲੇ ਚੱਲੇ ਆ ਜਦੋਂ ਸਪਲੈਂਡਰ ਆ ਜਾਏਗਾ ਘੰਟੇ ਡੇਢ ਘੰਟੇ ਤੱਕ ਹਾਰਨ ਆਪਾਂ ਉਦੋਂ ਲਵਾ ਲਾਂਗੇ ਚੱਪਲਾਂ ਕਹਿੰਦੇ ਮੇਰੇ ਵੀਰੋ ਐਚਐਮ ਦੀਆਂ ਭਾਈਆਂ ਐਚਐਮ ਦੀਆਂ ਸਾਰੇ ਕਲਰ ਲੱਗੇ ਆ ਵੇਖਦੇ ਕਿਹੜਾ ਹੁਣ ਚੂਜ਼ ਕਰੀਏ ਆ ਸਹੀ ਹੈ ਕਿ ਨਹੀਂ ਸਾਈਡ ਤੋਂ ਵੇਖ ਇੱਥੇ ਜਿਹੜੀ ਚੀਜ਼ ਬਣੀ ਨਾ ਉਹ ਨਹੀਂ ਅੰਦਰ ਹੁੰਦੀ ਆ ਲਾ ਹੈਗਾ ਵੀ ਵਧੀਆ ਇੱਕ ਅੱਧਾ ਕੋਈ ਹੋਰ ਵੇਖ ਲਾ ਆ ਨਾ ਲੱਲੀਏ ਆ ਵੀ ਸੋਹਣਾ ਹੈਗਾ ਕਲਰ ਲਾਈਟ ਕਲਰ ਨਹੀਂ ਸਹੀ ਲੋ ਵੀ ਮਿੱਤਰੋ ਆ ਲਾ ਹੁਣ ਫਾਈਨਲ ਕਰਤਾ ਜੀ ਫੜ ਲਾ ਚਲੀ ਹੁਣ ਆਪਾਂ ਵਾਪਸੀ ਹੁਣ ਆਪਾਂ ਆ ਗਏ ਆ ਜੀ ਘਰ ਸਭ ਤੋਂ ਪਹਿਲੇ ਆ ਸਪਲੈਂਡਰ ਨੂੰ ਬਾਹਰ ਕੱਢ ਲਈਏ ਫਿਰ ਤੁਹਾਨੂੰ ਦੱਸਦੇ ਆਪਾਂ ਹੁਣ ਕਿੱਥੇ ਚੱਲੇ ਸਪਲੈਂਡਰ ਆਪਾਂ ਬਾਹਰ ਕੱਢ ਲਿਆ ਆ ਜੀ ਇਹ ਸਪਲੈਂਡਰ ਅੱਜ ਤੋਂ 20 ਦਿਨ ਹੋ ਗਏ ਆ ਏਜੰਸੀ ਵਾਲਿਆਂ ਨੇ ਕਿਹਾ ਸੀ ਅੱਜ ਤੋਂ 6-7 ਦਿਨ ਬਾਅਦ ਆ ਜਾਓ ਨੰਬਰ ਲਾ ਦਾਂਗੇ ਏਜੰਸੀ ਵਾਲੇ ਉਦੋਂ ਦੇ ਬਹਾਨੇ ਹੀ ਲਾਈ ਜਾਂਦੇ ਘੱਟ ਤੋਂ ਘੱਟ 20-25 ਦਿਨ ਹੋ ਗਏ ਆ ਅਜੇ ਤੱਕ ਏਜੰਸੀ ਵਾਲੇ ਇਹਦਾ ਨੰਬਰ ਹੀ ਨਹੀਂ ਦੇਂਦੇ ਅੱਜ ਆਪਾਂ ਪੱਕਾ ਆਪਾਂ ਫਾਈਨਲ ਨੰਬਰ ਲਵਾ ਕੇ ਹੀ ਆਉਣਾ ਵਾ ਨੰਬਰ ਸਿਲੈਕਟ ਕਰਨਾ ਕਿ ਕਿਹੜਾ ਲੈਣਾ ਮਤਲਬ ਕਿ ਕੋਈ ਸੌਖਾ ਜਿਹਾ ਨੰਬਰ ਵੇਖਾਂਗੇ ਜੇ ਨੰਬਰ ਨਾ ਆਵੇ ਨਾ ਚ ਚਲਾਨ ਬੜੀ ਜਲਦੀ ਹੁੰਦਾ 20-25 ਦਿਨ ਹੋ ਗਏ ਨਾ ਤੇ ਹੁਣ ਅੱਜ ਆਪਾਂ ਪੱਕਾ ਏਜੰਸੀ ਵਾਲਿਆਂ ਤੋਂ ਯਾਰ ਏਜੰਸੀ ਵਾਲੇ ਕੋਲ ਅੱਜ ਆਪਾਂ ਬਹਿ ਹੀ ਜਾਣਾ ਆਪਾਂ ਕਿ ਨੰਬਰ ਤਾਂ ਹੋ ਗਏ ਤੇ ਜਾਣਾ ਜੇ ਘਰੇ ਕਿ ਨਹੀਂ ਉਵੇਂ ਤੇ ਇਹਨਾਂ ਨੇ ਦੇਣਾ ਨਹੀਂ ਆ ਤੇ ਬਾਕੀ ਅੱਜ ਫਿਰ ਇਹਦਾ ਨੰਬਰ ਲਵਾ ਕੇ ਨੰਬਰ ਪਲੇਟ ਇਹਦੀ ਲਵਾ ਕੇ ਫੇਰ ਹੀ ਘਰੇ ਆਵਾਂਗੇ ਏਜੰਸੀ ਇੱਥੋਂ ਕਾਫੀ ਦੂਰ ਆ ਤੇ ਚੱਲਦੇ ਆ ਟ੍ਰਿਪਲਿੰਗ ਆ ਉੱਤੋਂ ਬਾਕੀ ਦੇਖੋ ਰਾਸਤੇ ਤੇ ਆਪਾਂ ਨੂੰ ਪਤਾ ਜਿੱਧਰੋਂ ਜਿੱਧਰੋਂ ਆਪਾਂ ਜਾਣਾ ਵਾ ਤੇ ਚੱਲਦੇ ਸੀਟ ਕਵਰ ਪਵਾ ਲਿਆ ਇਹਦੇ ਉੱਤੇ ਜਦੋਂ ਆਪਾਂ ਗੋਲਡਨ ਟੈਂਪਲ ਜਾਈਏ ਨਾ ਇੱਕ ਨਿਸ਼ਾਨ ਜਿਹਾ ਮਾਰ ਦਿੰਦੇ ਉਹਨਾਂ ਸੀਟ ਖਰਾਬ ਵੀ ਹੋਣ ਦਾ ਡਰ ਹੁੰਦਾ ਜਿਸ ਕਰਕੇ ਹੁਣ ਸੀਟ ਕਵਰ ਪਵਾ ਲਿਆ ਵਾ ਕਿ ਮੁੰਡੇ ਨੇ ਆ ਸਪਲੈਂਡਰ ਪੂਰਾ ਮਤਲਬ ਕਿ ਘੈਂਟ ਰੱਖਿਆ ਓਕੇ ਰਿਪੋਰਟ ਟ੍ਰਿਪਲਿੰਗ ਦਾ ਬੜਾ ਪੰਗਾ ਜੇ ਇੱਕ ਬੰਦੇ ਨੂੰ ਉਤਾਰਨਾ ਪੈਂਦਾ ਵਾ ਹਾਂਜੀ ਏਜੰਸੀ ਆਪਾਂ ਪਹੁੰਚ ਗਏ ਆ ਇਹ ਏਜੰਸੀ ਆ 4 ਦਿਨ ਪਹਿਲੇ ਵੀ ਆਏ ਸੀ ਉਦੋਂ ਇਹ ਏਜੰਸੀ ਬੰਦ ਸੀ ਕਿਉਂਕਿ ਆਪਾਂ ਸੰਡੇ ਆ ਗਏ ਸੀ ਉਸ ਤੋਂ ਅੱਗੇ ਸੋਮਵਾਰ ਵੀ ਛੁੱਟੀ ਸੀ ਆਪਾਂ ਨੂੰ ਏਜੰਸੀ ਵਾਲਿਆਂ ਨੇ ਘਰ ਤੋਂ ਘੱਟ 4-5 ਗੇੜੇ ਲਵਾਤੇ ਇਹ ਸਾਡਾ 6ਵਾਂ ਗੇੜਾ ਵਾ ਐਵੇਂ ਹੀ ਰੱਖ ਥੋੜਾ ਜਿਹਾ ਹੀ ਗਿੱਲੇ ਹੋ ਗਏ ਕਾਗਜ਼ ਦਵਾਈ ਸੀ ਮਾਮਾ ਓਹੋ ਕਾਗਜ਼ ਗਿੱਲੇ ਹੋ ਗਏ ਜੇ ਪਰ ਬਚਾਅ ਹੋ ਗਿਆ ਪਾਟੇ ਪੁੱਟੇ ਨਹੀਂ ਸਕਾਲਾ ਇਹਨੇ ਥੋੜੀ ਦੇਰ ਇੱਥੇ ਧੁੱਪੇ ਰੱਖ ਕੇ ਨਾ ਬਚਾਅ ਹੋ ਗਿਆ ਪਰ ਬਿਲਕੁਲ ਹੌਲੀ ਹੌਲੀ ਖੋਲ ਆ ਵੀ ਖੋਲ ਜਸ਼ਨ ਆ ਗੱਡੀ ਤਾਂ ਭਾਈ ਇਹ ਕੱਢ ਤੇ ਦੇਣੇ ਸੀ ਕਿਤੇ ਨਹੀਂ ਰਿਹਾ ਪਾਪਾ ਗਏ ਨਹੀਂ ਉੱਧਰ ਕੋ ਸਕੀਮ ਲਾਉਣ ਦਾ ਮੁੰਡਾ ਪੈਸੇ ਤੈਨੂੰ ਪੂਰੇ ਦਵਾਂਗੇ ਕੰਮ ਤੂੰ ਪੂਰਾ ਓਕੇ ਰਿਪੋਰਟ ਕਰਨਾ ਦੇਖਦੇ ਅੱਜ ਕਿਹੜਾ ਬਹਾਨਾ ਲਾਉਂਦੇ ਕਿਉਂਕਿ ਉਦਣ ਇਹਨਾਂ ਨੇ ਵੈਬਸਾਈਟ ਦਾ ਬਹਾਨਾ ਲਾਤਾ ਫੇਰ ਪਤਾ ਨਹੀਂ ਕਿਹੜੇ ਕਿਹੜੇ ਬਹਾਨੇ ਲਾਏ ਲੋ ਵੀ ਸਰ ਨੰਬਰ ਲਵਾਉਣਾ ਸੀ ਗੱਡੀ ਦਾ ਲਾ ਦੋਗੇ ਬਿੱਲ ਬਿੱਲ ਤਾਂ ਨਹੀਂ ਮਿਲਿਆ ਸੀ ਆ ਕਾਗਜ਼ ਹੀ ਮਿਲੇ ਸੀ ਬਿੱਲ ਬਣਵਾਉਣਾ ਸੀ ਉਹਨਾਂ ਨੂੰ ਕਹਿੰਦੇ ਸਾਨੂੰ ਨੰਬਰ ਚਾਹੀਦਾ 001 ਰੁਪਿਆ 5000 ਭਾਵੇਂ ਉੱਤੇ ਲੈ ਲਓ 5000 ਨਹੀਂ ਯਾਰ ਮੇਰੇ ਹਿਸਾਬ ਨਾਲ 3,00,000 ਬਿੱਲ ਨਹੀਂ ਬਿੱਲ ਅਜੇ ਕਟਾਇਆ ਨਹੀਂ ਉਹਨਾਂ ਕੋਲ ਅੱਛਾ ਨਹੀਂ ਪਰ ਆਪਾਂ ਏਜੰਸੀ 4-5 ਵਾਰੀ ਆ ਗਏ ਨੰਬਰ ਦੇ ਚੱਕਰ 'ਚ ਓ ਟੀ ਪੀ ਆ ਗਿਆ
चलो उधर सामने लेना पहले क्या है एजेंसी वाले फिर इन्होंने झूठ कोई ना कोई बहाना बना ये ना वो गल हुई अज सारे नहीं आए नाले कहते बिल की इधर उधर पता नहीं की कुछ कहता फिर अपा कल का टाइम रख इना भा दे बंदे वेले है मतलब की चार अरी आ गए हैं नंबर के चक्कर च भी जिम्मे आप आई दा उवे वापस चल जाइए जे इनी आप मेहनत करके आई दा कदी बंदे नू तारी दा वा कदी भाई दा वा फिर भी हड्डी कदर नहीं करते मेहनत की कदर नहीं गी तेल के पैसे इन्हों को लेने यार कल आ गए ना जिनी देरी भी आप आए हैं कि नहीं 200 ਦਾ ਲੱਗ ਗਿਆ ਨਾ 200 ਰੁਪਿਆ ਲੈਣਾ ਏਜੰਸੀ ਵਾਲਿਆਂ ਕੋ ਉਦੋਂ ਆਪਾਂ ਆਈਏ ਨਾ ਫਾਟਕ ਬੰਦ ਹੀ ਮਿਲਦਾ ਆਪਾਂ ਨੂੰ ਚਲੋ ਵੀ ਅੱਧੇ ਜਾਣੇ ਥੱਲੋ ਹੀ ਕੱਢ ਲੈਂਦੇ ਜੀ ਹੁਣ ਆਪਾਂ ਆ ਗਏ ਹਾਂ ਜੀ ਕੋਠੇ ਏਜੰਸੀ ਆਪਾਂ ਹੋਏ ਹਾਂ ਹਵਾ ਪੂਰੀ ਕੈਮ ਹੈ ਜਦੋਂ ਆਪਾਂ ਗਏ ਬਿਲਕੁਲ ਨਹੀਂ ਹਵਾ ਸੀ ਦੋ ਗੁੱਡੇ ਲਿਆਂਦੇ ਆ ਮੋਨੋਕਾਈਡ ਤੁਹਾਨੂੰ ਪਤਾ ਹੀ ਆਪਣਾ ਆਮਡੋਰ ਵਾਲਾ ਇੰਨਾ ਜਗੁੜੀਆ ਗੜੀਆ ਵੜਦੇ ਕਲਰ ਦੇਖੋ ਕਿੰਨਾ ਸੋਹਣਾ ਜੀ ਆਹੋ ਕਲਰ ਆਪਾਂ ਨੂੰ ਚਾਈਨਾ ਚ ਮਿਲ ਜੇ ਨਾ ਪਰ ਯਾਰ ਕਹਿੰਦੇ ਚਾਈਨਾ ਬੈਨ ਆ ਮੈਂਟ ਕਰਕੇ ਦੱਸਿਓ ਮੈਨੂੰ ਮੋਨੋਕਾਈਡ ਕੁਆਲਿਟੀ ਘੈਂਟ ਆ ਵੈਸੇ ਸੁਪਰ ਫਾਈਨ ਕੁਆਲਿਟੀ ਲਿਖਿਆ ਆ ਗੁੱਡਾ ਖਰਾਬ ਕਰਨ ਦਾ ਵਿੱਚੋਂ ਖਰਾਬ ਕਰਨ ਦਾ ਵਿੱਚੋਂ ਵਿੱਚੋਂ ਸਾਰਾ ਲਾ ਲਿਆ ਜੀ ਮਰ ਲੱਗਾ ਖੈਂਚਾ ਹੱਥ ਵਾਈ ਨੇ ਇਹਨੂੰ ਆਹੋ ਓ ਕਿਆ ਆਈ ਬੂ ਓਏ ਹੋਏ ਹੋਏ ਮਜ਼ਾ ਆ ਗਿਆ ਚੜਮ ਲੈਣ ਵੇ ਸਾਈਡ ਕਰ ਲਾ लमका दे लमका दे गुड्डा फड़ा रोके ਪਰ ਉਹ ਮੁੰਡੇ ਨੇ ਆਪਣਾ ਗੁੱਡਾ ਫੜ ਲਿਆ ਉਹ ਵੇਖੋ ਸਭ ਤੋਂ ਥੱਲੇ ਹੁਣ ਭਰਾ ਆਪਣਾ ਲੈਣ ਗਿਆ ਇਹਦੇ ਕੋਲ ਗੁੱਡਾ ਉਹ ਫੜ ਲਿਆ ਗੁੱਡਾ ਆਪਣਾ ਗੁੱਡਾ ਫਿਰ ਵਾਪਸ ਆ ਗਿਆ ਹੁਣ ਇਹਦਾ ਵੱਢਣਾ ਯਾਰ ਬੱਚੇ ਇਹਦਾ ਖਿੰਚਾ ਪੈਣਾ ਹੁਣ ਇਹਨੂੰ ਆਹ ਵੇਖਿਓ ਇੱਥੇ ਇੱਕ ਬੰਦਾ ਆਊਗਾ ਗੌਰ ਕਰਿਓ ਬੰਦਾ ਕਿਹੜਾ ਹਾਏ 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 ਆਹ ਚੱਕਰ ਬੰਦਾ ਪਛਾਣ ਲਓ ਕਿਹੜਾ ਜੇ ਆਇਆ ਜਲਦੀ ਨੇਰਾ ਪਵਾਏ ਨਾ ਹੀ ਨੇਰਾ ਪਾਏ ਨਾ ਜਲਦੀ ਆਇਆ ਵੇਖ ਲਓ ਕੀ ਕਰਨ ਦਿਆ ਜੀ ਲਾ ਗਲੀ ਚ ਸੁੱਟ ਲਿਆ ਜੀ ਲਓ ਵੀ ਗੁੱਡਾ ਆਪਣਾ ਵਾਪਸ ਆ ਗਿਆ ਜੀ ਬੜੀ ਮਿਹਨਤ ਨਾਲ ਹੁਣ ਇਹਦਾ ਵੜਨਾ ਹੈ ਪੱਕਾ ਜਾ ਹੁਣ ਜੇ ਨਾ ਵੱਡੂਗਾ ਨਾ ਤੇ ਮੇਰਾ ਨਾਂ ਵਟਾ ਦੀ ਜਸ਼ਨ ਤੋਂ ਹੋਰ ਕੋਈ ਨਾਮ ਰੱਖ ਦੀ ਜਸ਼ਨ ਜੋਰਾ ਰੱਖ ਦੇ ਚੱਲ ਆ ਖੇਚਾ ਮਾਰ चल कर थले चल उत्ते कर तू भी खिंचा ना मारी तेरा जाना ही एदे उत्ते लमका छदाइया ਆਈ ਬੋਈ ਜਾਂਦਾ ਮੇਰਾ ਵੀਰ ਹਡੋਮ ਹਡੋਮ ਇੱਕੋ ਵੱਡੀ ਭਰਾ ਇੱਕੋ ਵੱਡੀ ਆ ਲਓ ਵੀ ਗੁੱਡਾ ਬਣਾ ਲਿਆ ਜੀ ਜਿਹੜਾ ਆਪਾਂ ਵੱਡਿਆ ਸੀ ਨਾ ਉਹਦਾ ਦੁਬਾਰਾ ਡਾਤੀ ਅੰਨੇ ਉਹ ਵੀ ਹੁਣ ਆਪਾਂ ਦੋਨਾਂ ਨੇ ਡਾਤੀ ਜੇ ਇਹ ਵੱਡੂਗਾ ਮੈਂ ਚੜਮੂੰਗਾ ਚੁੱਕਦੇ 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 ਆ ਬੋਈ ਬੰਨਾ ਨੀ ਤੂੰ ਬੰਨ ਆ ਮੁੰਡੇ ਗੁੱਡਾ ਬਣਾਉਣ ਲੱਗੇ ਪਾਉਣ ਡੋਰ ਨੀ ਘੈਂਟ ਬੰਨਣ ਦੀ ਜਾਂਚ ਹੋਣੀ ਚਾਹੀਦੀ ਆ ਚਾਈਨਾ ਬੰਨਦੇ ਪੱਕਾ ਬੰਨਦੇ ਪੱਕਾ ਕੋਈ ਨੀ ਕੋਈ ਨੀ ਕੋਈ ਨੀ ਤੁੰਦਾ ਕਹਿੰਦੀ ਯਾਰ ਸਾਫ ਪੇਚਾ ਵੈ ਲੱਗਾ
ਆਲੇ ਭਾਈ ਨਾਲ ਚਲੋ ਨਾ ਕੀ ਭਾਈ ਵਧਾਉਂਦੇ ਆ ਇਹਨਾਂ ਦਾ ਗੁੱਡਾ ਲੱਗਾ चल चल लंप गया गुड्डा अच्छा ओ गया करा दे वैसी बेस्ती करा दी चलो लमक गया यार अपना ओ, एक ही है। यार तेन पेचा नहीं लाना हिसाब लाया यार बराबर मुकाबला रहा अज ओने भी अज वडिया दो मैं अज घट ही वधिया ज्यादा मैं अज वढ़ाई तीन गुड़िया तीनों मैं वढ़ाइया क्योंकि आम डोर ही पर चाइना वालों को भी यार चाइना वाली डोर ना डाया ओना वड्डी गई मेरी की ठंडी ठंडी हवा चला लग गई अज लादा मीह पेगा लत्थ की गुड्डी सारी हूं तो पिछों व्यू कितना सोहना आ रहा यार खराब है क्या जी तो चला के देखो लू तदे उन्हें देते ना फ्री है ना खराब निकले यार फ्री का माल तदे कहते खराब ही होता है हम उल्लू वेखते उल्लू तो सही होगा मेरे हिसाब से मेरा आइडिया सही होगा ना वेख लेने चला के उल्लू सही है उल्लू सही है चल एक चीज सही ओहो मामा अखा च वजदी है ਇਹ ਅੰਕਲ ਜੀ ਹੁਣ ਜੀ ਕਿੰਨੇ ਦਾ ਹੈਗਾ 250 ਦਾ 250 ਦਾ ਓਹੋ ਆ ਘੈਂਟ ਆ ਇਹ ਕਿੰਨੇ ਕਾ ਦਾ ਲਾ ਦੋਗੇ ਫਿੱਟ ਫੁੱਟ ਕਰਕੇ ਇਹ ਫਿਟਿੰਗ ਤੇ ਲੱਗਣੀ ਜੀ 150 ਰੁਪਏ ਦਾ ਤਾਰ ਤੇ ਲੱਗੀ ਨੂੰ ਆ ਲੱਗੀ ਹੋਈ ਨਾ ਪੱਤਰੀ ਤੇ ਨਾ ਪੱਤਰੀ ਦੂਜੀ ਲੋਣੀ ਪੈਣੀ ਜੇ ਤੇ ਕੱਪਣਾ ਕਰੂ 150 ਲੋ ਵੀ ਫ੍ਰੀ ਦਾ ਮਾਲ ਕਹਿੰਦੇ ਖਰਾਬ ਹੁੰਦਾ ਫ੍ਰੀ ਦਾ ਮਾਲ ਖਰਾਬ ਨਿਕਲਿਆ ਜੀ चलो खराब हारन खराब ही फिर ओनू कह दी एक आहो ये व्लॉग नूं इत्थे एंड कर दे जे व्लॉग वधिया लगा व्लॉग नूं लाइक कमेंट शेयर चैनल सबसक्राइब कर लियो कल आपां स्प्लेंडर नूं लवा देंगे ओहदा व्लॉग अगला आऊगा।